ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਬਲ ਬਲ ਜਾਓ, ਹਾਂ ਬਲ ਬਲ ਜਾਓ, ਨਿੱਕ ਤੇਰੀ ਬਿਗਾਰੀ ਹਾਲੇ ਤੇਰਾ ਨਾਮ, ਨਿੱਕ ਤੇਰੀ ਬਿਗਾਰੀ ਹਾਲੇ ਤੇਰਾ ਨਾਮ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ। ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਕਿਉਂਕਿ ਸੁੱਖਾਂ ਦਾ ਜਿਹੜੇ ਆਤਮਕ ਸੁੱਖ ਨੇ, ਦੁਨਿਆਵੀ ਸੁੱਖ ਨਹੀਂ, ਦੁਨਿਆਵੀ ਸੁੱਖ ਬਾਜ਼ਾਰ ਵਿੱਚ ਬੜੇ ਮਿਲਦੇ ਆ, ਦੁਕਾਨਾਂ ਭਰੀਆਂ ਪਈਆਂ ਨੇ ਦੁਨਿਆਵੀ ਸੁੱਖਾਂ ਵਾਸਤੇ, ਸਰੀਰਕ ਸੁੱਖਾਂ ਵਾਸਤੇ। ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਬੈੱਡ ਮਿਲ ਜਾਣਗੇ, ਬਿਸਤਰੇ ਮਿਲ ਜਾਣਗੇ, ਮਹਿਲ ਮਾੜੀਆਂ ਕੋਠੀਆਂ, ਪਹਿਨਣ ਵਾਲੇ ਕੱਪੜੇ, ਖਾਣ ਵਾਲੇ ਪਦਾਰਥ, ਇਹ ਸਰੀਰਕ ਸੁੱਖ ਹੈ। ਪਰੰਤੂ ਇੱਥੇ ਜੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਇਹ ਹੈ ਆਤਮਕ ਸੁੱਖ। ਸੁਖਮਣੀ ਸੁੱਖ, ਅੰਮ੍ਰਿਤ ਪ੍ਰਭ ਨਾਮ, ਇਹ ਆਤਮਕ ਸੁੱਖ। ਇਹ ਅੰਮ੍ਰਿਤ ਮਾਲਕ ਜੀ ਕਹਿੰਦੇ ਕਿ ਭਾਈ ਇਹ ਭਗਤਾਂ ਦੇ ਮਨ ਵਿੱਚ ਟਿਕਾਣਾ ਕਰਦਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਭਗਤ ਕਿਹਨੂੰ ਕਹਿੰਦੇ ਆ? ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਮੰਡਾਏ, ਕੋ ਐਸਾ ਭਗਤ ਸਦਾਏ।
ਕਹਿੰਦੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਾ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਉਹਨੂੰ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਣ, ਪਰੰਤੂ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਉਹਦੀ ਇੱਜ਼ਤ ਮਾਣ ਵਡਿਆਈ ਕਰਦੇ ਹੋਣ, ਪਰੰਤੂ ਉਹ ਸੱਚੇ ਪਾਤਸ਼ਾਹ ਦਾਤਾ ਜੀ ਕਹਿੰਦੇ ਆਪਣਾ ਮਾਣ ਆਪਣੀ ਇੱਜ਼ਤ ਆਪਣੀ ਵਡਿਆਈ ਦੇ ਵਿੱਚ ਹੰਕਾਰ ਵਿੱਚ ਨਾ ਆ ਜਾਏ, ਕਿਸੇ ਦੂਜੇ ਦੀ ਬਾਤ ਹੀ ਨਾ ਪੁੱਛੇ। ਕਹਿੰਦੇ ਐਸਾ ਭਗਤ ਨਹੀਂ, ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਜਿਹੜਾ ਨਿਮਾਣਿਆਂ ਵਾਂਗੂ ਆਪਣਾ ਜੀਵਨ ਬਤੀਤ ਕਰੇ, ਤਾਣ ਹੁੰਦੇ ਹੋਏ ਨਿਤਾਣਾ, ਜਿਹਦੇ ਕੋਲੇ ਬਲ ਹੋਵੇ ਤਾਕਤ ਹੋਵੇ ਪਰੰਤੂ ਕਿਸੇ ਦੂਜੇ ਉੱਪਰ ਧੱਕਾ ਨਾ ਕਰੇ, ਜ਼ੋਰ ਨਾ ਕਰੇ, ਆਪਣੇ ਬਲ ਦੀ ਤਾਕਤ ਦੀ ਵਰਤੋਂ ਨਾ ਕਰੇ, ਹੰਕਾਰ ਵਿੱਚ ਨਾ ਆਵੇ। ਤੇ ਕਹਿੰਦੇ ਅਣਹੋਂਦੇ ਆਪ ਵੰਡਾਏ, ਆਪਣੇ ਕੋਲੇ ਬੇਸ਼ੱਕ ਕੁਝ ਨਹੀਂ ਪਰੰਤੂ ਜੇਕਰ ਕੋਈ ਲੋੜਵੰਦ ਆ ਗਿਆ ਨਾ ਆਪਣੇ ਵਿੱਚੋਂ ਵੀ ਉਹਨੂੰ ਛਕਾ ਦੇਵੇ। ਕਹਿੰਦੇ ਕੋ ਐਸਾ ਭਗਤ ਸਦਾਏ, ਕਹਿੰਦੇ ਭਾਈ ਇਹੋ ਜਿਹੇ ਨੂੰ ਭਗਤ ਕਹਿਣਾ ਚਾਹੀਦਾ। ਇਹ ਤਿੰਨ ਨਿਸ਼ਾਨੀਆਂ ਨੇ ਭਗਤ ਦੀਆਂ, ਜਿਹਦੇ ਹਿਰਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਪੰਜਵੇਂ ਸਾਹਿਬ ਕਿਰਪਾ ਕਰਦੇ ਨੇ। ਕਹਿੰਦੇ ਕਿ ਭਾਈ ਆਤਮਕ ਸੁੱਖਾਂ ਦਾ ਤੇ ਨਾਮ ਦੇਣ ਵਾਲੇ ਅੰਮ੍ਰਿਤ ਜਲ ਦਾ ਜਿਹਦੇ ਹਿਰਦੇ ਦੇ ਵਿੱਚ ਜਿਹਦੇ ਮਨ ਵਿੱਚ ਟਿਕਾਣਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜਦੋਂ ਭਗਤ ਦੀ ਵਿਆਖਿਆ ਕੀਤੀ ਨਾ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਇਲਾਕਾ ਨਿਵਾਸੀ ਗਿੱਦੜਵਾਹਾ ਨਾਲ ਲੱਗਦੇ ਪਿੰਡ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਵਧਾਈ ਦੇ ਪਾਤਰ ਇਸ ਲਈ ਨੇ ਕਿ ਐਡਾ ਵੱਡਾ ਸਮਾਗਮ ਹੈ ਜੋ ਇਸ ਦੀ ਕਿਰਪਾ ਵਾਹਿਗੁਰੂ ਨੇ ਇਸ ਇਲਾਕੇ ਤੇ ਕੀਤੀ ਹੈ। ਬਹੁਤ ਬਹੁਤ ਵਧਾਈ ਦੇ ਪਾਤਰ ਸਾਰੇ ਸੇਵਾਦਾਰ, ਸਾਰੀਆਂ ਸੰਗਤਾਂ, ਸਾਰਾ ਇਲਾਕਾ ਜੀ। ਅਸੀਂ ਗੁਰਦੁਆਰਾ ਸਾਹਿਬ ਚੋਰਮਾਰ ਤੋਂ ਸਿਰਸਾ ਹਰਿਆਣਾ ਤੋਂ ਜੀ ਸੇਵਾਦਾਰ, ਜੋ ਕਿ ਖੀਰ ਪੂੜਿਆਂ ਦਾ ਲੰਗਰ ਦੀ ਸੇਵਾ ਲੈ ਕੇ ਇੱਥੇ ਬਾਬਾ ਜੀ ਹੋਣਾ ਦੇ ਨਾਲ ਇੱਥੇ ਪਹੁੰਚੇ ਹਾਂ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜੋ ਸਾਨੂੰ ਸੇਵਾ ਦਾ ਸਮਾਂ ਬਖਸ਼ਿਸ਼ ਕੀਤਾ ਜੀ। ਤਾਂ ਤੇ ਵਾਰ ਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਇਸ ਸੇਵਾਵਾਂ ਦਾ ਮਹਾਰਾਜ ਜੀ ਸਾਨੂੰ ਸੇਵਾ ਦਾ ਬਖਸ਼ਿਸ਼ ਕਰਦੇ ਨੇ। ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਜੀ ਬਹੁਤ ਬਹੁਤ ਵਧਾਈ, ਇਲਾਕਾ ਨਿਵਾਸੀਆਂ ਨੂੰ ਵਧਾਈਆਂ ਜੀ ਬਹੁਤ ਬਹੁਤ, ਜੋ ਐਡੇ ਵੱਡੇ
ਵਿਸ਼ਵ ਪੱਧਰੀ ਸਮਾਗਮ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਸੇਵਾ ਕਰਨ ਦਾ ਸੁਭਾਗ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਲੇ ਯਾਰਾ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ, ਹੱਲੇ ਯਾਰਾ ਖੁਸ਼ਖਬਰੀ। ਚੰਦੀ ਹਜ਼ਾਰ ਆਲਮ ਏ ਕਲਖਾਨਾ, ਅੰਚਨੀ ਪਾਤਸ਼ਾਹ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 48ਵਾਂ ਸਰਬ ਹਿੰਦ ਸਲਾਨਾ ਸਮਾਗਮ, ਜੋ ਕਿ ਗਿੱਦੜਵਾਹਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਹਿੰਦੁਸਤਾਨ ਭਰ ਤੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਖ ਵੱਖ ਜਥਿਆਂ ਦੇ ਰੂਪ ਦੇ ਵਿੱਚ ਪਹੁੰਚ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੇ ਵੱਲੋਂ, ਸਾਰੀਆਂ ਸੰਗਤਾਂ ਦੇ ਵੱਲੋਂ ਇਸ 48ਵੇਂ ਸਰਬ ਹਿੰਦ ਸਲਾਨਾ ਸਮਾਗਮ ਦੀਆਂ ਸਮੁੱਚੀਆਂ ਗਿੱਦੜਵਾਹ ਦੀਆਂ ਸੰਗਤਾਂ ਨੂੰ, ਪੂਰੇ ਵਿਸ਼ਵ ਨੂੰ, ਪੂਰੇ ਹਿੰਦੁਸਤਾਨ ਨੂੰ ਲੱਖ ਲੱਖ ਵਧਾਈਆਂ। ਸੋ ਦੂਸਰਾ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਵੱਲੋਂ ਸੇਵਾਦਾਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਹਾਜ਼ਰ ਹੋਏ ਨੇ। ਸੋ ਅਸੀਂ ਲੋਕਲ ਜਿਹੜੀ ਸੰਗਤ ਹੈ ਗਿੱਦੜਵਾਹ ਦੀ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਸਮਾਗਮ ਦੇ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਸਾਰ ਭਰ ਦੀਆਂ ਸੰਗਤਾਂ ਗਿੱਦੜਵਾਹ ਦੇ ਵਿੱਚ ਪਹੁੰਚ ਰਹੀਆਂ ਨੇ। ਸੋ ਆਪਾਂ ਸੰਗਤਾਂ ਨੂੰ ਜੀਓ ਆਇਆ ਵੀ ਕਹੀਏ ਔਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਚੱਲ ਰਹੀਆਂ ਨੇ। ਸੋ ਸਾਡੇ ਵੱਲੋਂ ਸਾਰਿਆਂ ਨੂੰ ਜੀਓ ਆਇਆ ਇੱਕ ਵਾਰ ਫਿਰ ਇਹ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਜੀ। ਸੰਗਰੂਰ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਸਾਰੇ ਜਥੇ ਵੱਲੋਂ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦੀ ਹਜ਼ਾਰ ਆਲਮ ਏ ਕਲਖਾਨਾ, ਹਮ ਚਿੰਨੀ ਪਾਤਸ਼ਾਹ ਸਾਂਵਲੇ ਬਰਨਾ, ਹਮ ਚਿੰਨੀ ਪਾਤਸ਼ਾਹ ਸਾਂਵਲੇ ਬਰਨਾ, ਹੱਲੇ ਯਾਰਾ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ, ਹੱਲੇ ਯਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗਿੱਦੜਵਾਹਾ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਨੂੰ ਵੱਧ ਵੱਧ ਕੇ ਵਧਾਈਆਂ ਦੇ ਰਹੇ ਹਾਂ, ਜਿਨ੍ਹਾਂ ਨੇ 48ਵਾਂ ਮਹਾਨ ਗੁਰਮਤਿ ਸਮਾਗਮ ਸੁਖਮਨੀ ਸਾਹਿਬ ਸੁਸਾਇਟੀ ਦਾ ਸ਼ੁਰੂ ਕੀਤਾ ਹੈ। ਅਸੀਂ ਯਮੁਨਾ ਨਗਰ ਤੋਂ ਜੋੜਾ ਘਰ ਦੀ ਸੇਵਾ ਵਾਸਤੇ ਇੱਥੇ ਪੁੱਜੇ ਹਾਂ ਅਤੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੀ ਸੇਵਾ ਸੁਸਾਇਟੀਆਂ ਵਿੱਚ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜਪੈ ਅਮਰਾ ਨਾਮ ਜਪਾਵੈ ਦੇ ਮੁੱਖ ਵਾਕ ਮੁਤਾਬਕ ਪੂਰੇ ਹਿੰਦੁਸਤਾਨ ਤੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗਿੱਦੜਵਾਹਾ ਦੀ ਧਰਤੀ ਤੇ 48ਵਾਂ ਸਰਬ ਹਿੰਦ ਸਲਾਨਾ ਸਮਾਗਮ ਮਨਾਉਣ ਦੀਆਂ ਖੁਸ਼ੀਆਂ ਦੇ ਸੰਬੰਧ ਵਿੱਚ ਇੱਥੇ ਪਹੁੰਚੀਆਂ ਨੇ। ਇਹ ਸੁਸਾਇਟੀਆਂ ਦੇ ਸੇਵਾਦਾਰ ਘਰ ਘਰ ਜਾ ਕੇ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਦੀਆਂ ਨੇ।
ਆਪ ਵੀ ਪੜ੍ਹਦੀਆਂ ਨੇ ਉਹ ਸੱਚੀ ਬਾਣੀ ਤੇ ਸਮੁੱਚੀ ਮਨੁੱਖਤਾ ਨੂੰ ਵੀ ਇਹ ਸੁਨੇਹਾ ਦਿੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਗਿੱਦੜਵਾਏ। ਇਹ ਇੱਥੇ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਦਾ ਜਿਹੜਾ 42 ਸਾਲਾਂ ਬਾਅਦ ਸਰਬ ਹਿੰਦ ਕੁਲ ਹਿੰਦ ਸੁਸਾਇਟੀਆਂ ਦਾ ਇੱਕ ਸਾਂਝਾ ਪ੍ਰੋਗਰਾਮ ਸੀ ਕਮੇਟੀ ਦੇ, ਔਰ ਜਿੰਨੇ ਵੀ ਇੱਥੇ ਸਿੰਘ ਲੱਗੇ ਹੋਏ ਸੀ ਚੜ੍ਹਦੀ ਕਲਾ ਵਾਲੇ, ਸਾਰਿਆਂ ਨੇ ਬਹੁਤ ਵਧੀਆ ਕਰਕੇ ਮੈਨੇਜਮੈਂਟ ਕੀਤਾ। ਬਹੁਤ ਸੋਹਣਾ ਪ੍ਰੋਗਰਾਮ ਸੀ, ਸੰਗਤਾਂ ਦੇ ਦਰਸ਼ਨ ਕੀਤੇ, ਆਨੰਦ ਆ ਗਿਆ ਬਈ। ਔਰ ਇਹ ਹੈ ਨਾਮ ਸਿਮਰਨ ਕਰ ਲੈਂਦੇ ਨੇ ਬੰਦੇ, ਤੇ ਸੁਖਮਨੀ ਸੁਸਾਇਟੀਜ਼ ਇਹ ਜਿਹੜਾ ਹੈਗਾ ਇਹਦਾ ਪਾਠ ਵੀ ਹੁੰਦਾ, ਅਰਦਾਸ ਵੀ ਹੁੰਦੀ ਹੈ, ਲੋਕਾਂ ਦੇ ਦੁੱਖ ਦਰਦ ਵੀ ਦੂਰ ਹੁੰਦੇ ਨੇ। ਕਿਉਂਕਿ ਸਿੱਖ ਕੌਮ ਅਮੀਰ ਇਸ ਕਰਕੇ ਹੈ ਕਿ ਇਹਨਾਂ ਕੋਲੇ ਇੱਕ ਤਾਂ ਉਹ ਗੁਰੂ ਹੈ ਜਿਹੜਾ ਸਾਰੇ ਜਿੰਨੇ ਵੀ ਦੋਸ਼ੀ ਦੋਖੀ ਹਸਦ ਔਰ ਜ਼ਾਲਮ ਨੇ ਉਹਨਾਂ ਲਈ ਸਿਰਫ ਉਹਦਾ ਦਿੱਤਾ ਇੱਕ ਜੈਕਾਰਾ ਹੀ ਕਾਫੀ ਹੈ। ਦੂਜੀ ਗੱਲ ਇਹ ਹੈ ਕਿ ਉਸੇ ਗੁਰੂ ਸਾਹਿਬ ਦੇ ਜਿਹੜੇ ਦਾਦਾ ਸ਼੍ਰੀ ਨੇ ਉਹਨਾਂ ਨੇ ਸੁਖਮਨੀ ਸੁਸਾਇਟੀ ਔਰ ਜਿਹੜਾ ਸ਼੍ਰੀ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਜੋ ਵੀ ਕਰਦਾ ਹੈ ਇਹ ਸੁੱਖਾਂ ਦੀ ਮਣੀ ਹੈ। ਇਸ ਕਰਕੇ ਇਹ ਕੌਮ ਜਿਹੜੀ ਹੈਗੀ ਹੈ ਸਾਰੀ ਸੁਖੀ ਹੈ। ਜੋ ਵੀ ਨਾਲ ਜੁੜ ਜਾਗਾ, ਇਹ ਤਾਂ ਕੁਛ ਨਹੀਂ ਹੈ ਕਿ ਮੁਸਲਮਾਨ ਨਹੀਂ ਕਰ ਸਕਦਾ, ਸਨਾਤਨੀ ਨਹੀਂ ਕਰ ਸਕਦਾ, ਥੋੜ੍ਹੀ ਜਿਹੀ ਮਰਿਆਦਾ ਰੱਖਣੀ ਹੋਊਗੀ। ਬਹੁਤ ਸੋਹਣਾ ਲੱਗਿਆ। ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਪ੍ਰੋਗਰਾਮ ਨੂੰ ਇੱਕ ਤੋਂ ਦੂਜੇ ਥਾਂ ਲੈ ਕੇ ਜਾਂਦੇ ਨੇ। ਬਾਬਾ ਕਾਲੂ ਜੀ ਤੇ ਸਾਡਾ ਵੀ ਇੱਥੇ ਹੈਗਾ ਹਮਦੂਰ ਸਿੰਘ ਰੰਗੀਲਾ, ਬਰਨਾਲੇ ਤੋਂ ਟੈਂਟ ਦੀ ਸੇਵਾ ਕਰ ਰਿਹਾ, ਉਹ ਦਿਨ ਰਾਤ ਹੀ ਉੱਥੇ ਬਰਨਾਲੇ ਮੇਰੇ ਕੋਲ ਆਉਂਦਾ ਰਹਿੰਦਾ ਹੈ। ਤੇ ਅਸੀਂ ਆਏ, ਬਹੁਤ ਸੇਵਾ ਕੀਤੀ, ਬੜਾ ਪਿਆਰ ਦਿੱਤਾ ਸੰਗਤਾਂ ਨੇ। ਮੈਂ ਸਾਰੇ ਸੰਗੀਆਂ ਦਾ ਦਿਲੋਂ ਰਹੀ ਹਾਂ। ਚੰਗਾ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਅਸ ਪਤ ਗਜ ਪਤ ਨਰ ਹੈ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਅਸ ਪਤ ਗਜ ਪਤ ਨਰ ਹੈ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਨਾਮੇ ਕੇ ਸਵਾਮੀ ਮੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅਸੀਸ ਤੇ ਬਖਸ਼ਿਸ਼ ਦੁਆਰਾ ਜੋ ਆਲ ਇੰਡੀਆ ਸੁਖਨੀ ਸੇਵਾ ਸੁਸਾਇਟੀਆਂ ਵੱਲੋਂ ਇਹ 48ਵਾਂ ਗੁਰਮਤਿ ਸਮਾਗਮ ਗਿੱਦੜਵਾਹਾ ਦੀ ਦਾਣਾ ਮੰਡੀ ਵਿਖੇ ਕੀਤਾ ਗਿਆ ਹੈ, ਬਹੁਤ ਹੀ ਸੁਚੱਜੇ ਤੇ ਸੋਹਣੇ ਢੰਗ ਦੇ ਨਾਲ ਚੱਲ ਰਿਹਾ ਹੈ। ਇਸ ਵਿੱਚ ਜਿੱਥੇ ਨਾਮ ਵਰਰਾਗੀ ਜਥਿਆਂ ਔਰ ਕਥਾਵਾਚਕ ਪ੍ਰਚਾਰਕ ਸਿੰਘ ਸਹਿਬਾਨਾਂ ਨੇ, ਗੁਰੂ ਘਰ ਦੀਆਂ ਮਾਣਯੋਗ ਮਾਣ ਮੱਤੀਆਂ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ, ਉੱਥੇ ਗੁਰੂ ਗ੍ਰੰਥੀ ਇੰਸਟੀਚਿਊਟ ਦੇ ਸਮੁੱਚੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕੀਤਾ ਹੈ। ਇੱਥੋਂ ਦੇ ਪ੍ਰਬੰਧਕ, ਇੱਥੋਂ ਦੀਆਂ ਸਾਰੀਆਂ ਸਿੱਖ ਸੰਗਤਾਂ ਬਹੁਤ ਹੀ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਇਸ ਗੁਰਮਤਿ ਸਮਾਗਮ ਨੂੰ ਬਹੁਤ ਸੁਚੱਜੇ ਢੰਗ ਨਾਲ ਉਲੀਕਿਆ ਔਰ ਨੇਪਰੇ ਚਾੜਿਆ ਹੈ। ਸਾਰੀਆਂ ਸੰਗਤਾਂ ਨੂੰ ਸਾਡੇ ਅਦਾਰੇ ਵੱਲੋਂ ਗੁਰਮਤਿ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਦੇ ਸਾਰੇ ਪ੍ਰਬੰਧ ਵੱਲੋਂ ਔਰ ਸਮੁੱਚੇ ਸਟਾਫ ਵਿਦਿਆਰਥੀਆਂ ਵੱਲੋਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਬਲ ਬਲ ਜਾਓ ਬਲ ਬਲ ਜਾਓ, ਨਿੱਕ ਤੇਰੀ ਬਿਗਾਰੀ ਹੱਲੇ ਤੇਰਾ ਨਾਮ, ਨਿੱਕ ਤੇਰੀ ਬਿਗਾਰੀ ਹੱਲੇ ਤੇਰਾ ਨਾਮ। ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੋ ਚਾਰ ਅੱਖਰਾਂ ਦਾ ਜੋੜ ਜਿਹੜਾ ਉਹ ਨਾਮ ਨੇ, ਨਾਮ ਬਹੁਤ ਅਮੋਲਕ ਹੈ। ਮਹਾਰਾਜ ਕਹਿੰਦੇ ਨਾਮ ਅਮੋਲਕ ਨਾ ਪਾਇਆ ਜਾਏ, ਨਾਮ ਬੜਾ ਅਮੋਲਕ। ਜੇ ਨਾਮ ਅਮੋਲਕ ਹੈ, ਨਾਮ ਦੋ ਚਾਰ ਅੱਖਰਾਂ ਦਾ ਜੋੜ ਨਹੀਂ ਹੈ, ਤੇ ਅਸੀਂ ਫਿਰ ਇਹ ਨਾਮ ਕਿੱਥੋਂ ਪਾੜੀਏ, ਕਿੱਥੇ ਹੈ ਨਾਮ? ਬਹੁਤੀ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੈ। ਇਸ ਤੋਂ ਅਗਲੀ ਪੰਕਤੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਭਗਤ ਜਨਾਂ ਦਾ ਮਨ ਵਿਸਰਾ,
ਨਾਮ ਦਾ ਜਿਹੜਾ ਟਿਕਾਣਾ ਹੈ ਜਿਹੜਾ ਸੁਖ ਦੇ ਨਾਲ ਹੈ ਉਹ ਭਗਤ ਜਨਾਂ ਦੇ ਹਿਰਦੇ 'ਚ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਮਹਾਰਾਜ ਲਿਖਿਆ ਬਾਣੀ 'ਚ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮਹਿ ਇਸ ਕਾ ਵਿਸਤਾਰ ਸਰੀਰ ਦੇ ਵਿੱਚ ਇਹਦਾ ਟਿਕਾਣਾ ਹੈ ਅਤੇ ਸਵਾਸ ਸਵਾਸ ਸਿਮਰਨ ਦੇ ਨਾਲ ਹੀ ਜਿਹੜਾ ਸਰੀਰ ਦੇ ਵਿਚਲਾ ਨਾਮ ਹੈ ਇਹ ਜ਼ਾਹਰਾ ਕੀਤਾ ਜਾ ਸਕਦਾ ਅਤੇ ਜੇ ਉਹ ਜ਼ਾਹਰਾ ਹੋ ਜਾਂਦਾ ਫਿਰ ਉਹ ਸੰਸਾਰ ਦੇ ਸਾਰੇ ਸੁੱਖ ਜਿਹੜੇ ਆ ਉਹ ਪ੍ਰਾਪਤ ਹੋ ਜਾਂਦੇ ਆ ਇਹ ਧੰਨ ਤੁਹਾਡਾ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਜ਼ਿਕਰ ਕਰਦੇ ਸਾਰੇ ਸੰਸਾਰ ਦਾ ਬਿਹਤਰੀਨ ਫਲਸਫਾ ਪਾਵਨ ਬਾਣੀ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੀਏ ਮਹਾਰਾਜ ਇਸ ਬਾਣੀ 'ਚ ਕੀ ਹੈ ਉਹ ਕਹਿੰਦੇ ਸੰਸਾਰ ਦੇ ਸਾਰੇ ਅੰਮ੍ਰਿਤ ਹੀ ਇਸ ਬਾਣੀ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਸਾਰੇ ਅੰਮ੍ਰਿਤ ਬਾਣੀ ਦੇ ਵਿੱਚ ਜੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਤਾਂ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸਮੁੰਦਰ ਦੇ ਵਿੱਚ ਬਹੁਤ ਕੁਝ ਹੁੰਦਾ ਨਾ ਪਰ ਲੱਭਦਾ ਕੀ ਨੂੰ ਹੈ ਜਿਹੜਾ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਜਾਂਦਾ ਹੈ ਉਵੇਂ ਬਾਣੀ ਦੇ ਵਿੱਚ ਵੀ ਬਹੁਤ ਕੁਝ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਦੇਖਾ ਹੈ ਹੰਸ ਮਰਜੀ ਰਹਿਚੈ ਪਰ ਸਾਧ ਪਾਵਈ ਤੈਸੇ ਗੁਰਬਾਣੀ ਦੇਖਾ ਹੈ ਸਕਲ ਜੋਈ ਜੋਈ ਖੋਜੈ ਸੋਈ ਸੋਈ ਨਿਕ ਜਾਣ ਉਵੇਂ ਇਸ ਬਾਣੀ 'ਚ ਵੀ ਸਾਰੇ ਪਦਾਰਥ ਜਿਹੜਾ ਜਿਹੜਾ ਖੋਜਦਾ ਹੈ ਜਿਹੜਾ ਜਿਹੜਾ ਲੱਭਦਾ ਹੈ ਉਹਨੂੰ ਮਿਲ ਜਾਂਦੇ ਆ ਪ੍ਰਾਪਤ ਹੋ ਜਾਂਦੇ ਉਹਨੂੰ ਮਿਲ ਜਾਂਦੇ ਆ ਪ੍ਰਾਪਤ ਹੋ ਜਾਂਦੇ ਸਮੁੰਦਰ ਦੇ ਕੰਢੇ ਦੇ ਖੜੋਤੇ ਨੂੰ ਜੇ ਕਹੀਏ ਸਮੁੰਦਰ ਦੇ ਵਿੱਚ ਕੀ ਹੈ ਉਹ ਕਹੇਗਾ ਪਾਣੀ ਪਰ ਪਾਣੀ ਦੇ ਵਿੱਚ ਵੀ ਬਹੁਤ ਕੁਝ ਹੈ ਪਰ ਉਹਨੂੰ ਨਜ਼ਰ ਨਹੀਂ ਆਉਂਦਾ ਉਹਨੂੰ ਕੇਵਲ ਪਾਣੀ ਨਜ਼ਰ ਆਉਂਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜੀ ਉਪਰੀ ਝਾਤ ਮਾਰਿਆ ਸਾਨੂੰ ਪਾਣੀ ਨਜ਼ਰ ਆਉਂਦੀ ਹੈ ਨਾ ਹੱਲੇ ਯਾਰਾ ਖੁਸ਼ਖਬਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਿੱਦੜਬਾਹ ਦੀ ਧਰਤੀ 'ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸਾਲਾਨਾ ਸਮਾਗਮ ਹੋ ਰਿਹਾ ਤਿੰਨ ਰੋਜ਼ਾ ਇਸ ਸਮਾਗਮ ਦੇ ਵਿੱਚ ਭਾਰਤ ਭਰ ਤੋਂ ਜਿੱਥੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਪਹੁੰਚੀਆਂ ਨੇ ਸੰਗਤਾਂ ਪਹੁੰਚੀਆਂ ਨੇ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਰਾਗੀ ਜਥਿਆਂ ਤੋਂ ਇਲਾਵਾ ਹੋਰ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਹਾਜ਼ਰੀ ਭਰੀ ਹੈ ਕਥਾਵਾਚਕ ਸਾਹਿਬਾਨ ਨੇ ਹਾਜ਼ਰੀ ਭਰੀ ਹੈ ਮੈਂ ਗਿੱਦੜਬਾਹ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਔਰ ਪ੍ਰਧਾਨ ਸਰਦਾਰ ਕਾਲਾ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਕਿ ਉਹਨਾਂ ਨੇ ਵੱਡਾ ਗੁਰਮਤ ਸਮਾਗਮ ਕਰਾਇਆ ਅੰਮ੍ਰਿਤ ਸੰਚਾਰ ਹੋਇਆ 42 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬੱਟ ਦੀ ਪਹੁਲ ਛਕੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਗੁਰਮਤ ਸਮਾਗਮ ਹੈ ਸੰਗਤਾਂ ਨੂੰ ਗੁਰੂ ਨਾਲ ਜੋੜਨ ਵਾਲੇ ਇਹ ਹੋਣੇ ਚਾਹੀਦੇ ਨੇ ਸ਼ਲਾਘਾਯੋਗ ਉਪਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰ ਬਾਦਸ਼ਾਹ ਨੇ ਬਾਣੀ ਅੰਦਰ ਅਗਲੀ ਗੱਲ ਕਹਿੰਦੇ ਭਾਈ ਉਹ ਵਾਸਾ ਤਾਂ ਨਹੀਂ ਕਿਉਂਕਿ ਜਿੱਥੇ ਹੁਣ ਹੋਵੇ ਉੱਥੇ ਰੱਬ ਦਾ ਵਾਸਾ ਨਹੀਂ
ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਤਰਤ, ਜਲ ਕੇਵਲ ਜਲ ਮਾਹੀ ਆਪਣੇ ਅੰਦਰੋਂ ਹਮੇ ਦੂਰ ਕਰ, ਕਿਉਂਕਿ ਹਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕੱਠਾਏ, ਜੇ ਬਾਣੀ ਪੜ੍ਹ ਕੇ ਹੰਕਾਰ ਕੀਤਾ ਬਿਲਕੁਲ ਨਹੀਂ ਬਸਣਾ, ਜੇ ਸੇਵਾ ਕਰਕੇ ਹੋਮੇ ਕੀਤੀ ਬਿਲਕੁਲ ਨਹੀਂ ਬਸ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਲੋਕ ਤੁਹਾਨੂੰ ਯਾਦ ਹੈ, ਉੱਚ ਮਹਾਰਾਜ ਨੇ ਉਦਾਹਰਣ ਦਿੱਤੀ, ਕਹਿੰਦੇ ਹਾਥੀ ਨਦੀ ਚ ਨਹਾ ਲਿਆ, ਬਾਹਰ ਨਿਕਲ ਕੇ ਚਿੱਕੜ ਪਾ ਲਿਆ, ਜਿਵੇਂ ਉਹਦਾ ਹਾਥੀ ਦਾ ਇਸ਼ਨਾਨ ਵਿਅਰਥ, ਏਦਾਂ ਤੇਰਾ ਤੀਰਥ ਵਰਤ ਨੇਮ ਕੀਤਾ ਹੋਇਆ ਵਿਅਰਥ, ਕਿਉਂਕਿ ਤੂੰ ਕਰਕੇ ਹੰਕਾਰ ਕਰਦੇ ਕਿ ਮੈਂ ਆਹ ਸਲੋਕ ਪੜ੍ਹੋ ਆਪਣੇ ਮਨ ਨੂੰ ਯਾਦ ਕਰ, ਜਿੱਥੇ ਮਹਾਰਾਜ ਕਹਿੰਦੇ ਤੀਰਥ ਵਰਨੇ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਬਲ ਜਾਤ ਤੇ ਜਿਉਂ ਪੰਜਰੇ ਇਸ਼ਨਾਨ। ਭਾਈ ਜਿਵੇਂ ਹਾਥੀ ਦਾ ਇਸ਼ਨਾਨ ਵਿਅਰਥ, ਏਦਾਂ ਤੇਰਾ ਦਾਨ ਪੁੰਨ ਸੇਵਾ ਸਿਮਰਨ ਵਿਅਰਥ, ਜਦੋਂ ਤੂੰ ਕਰਕੇ ਹੰਕਾਰ ਕਰ, ਉਹ ਹੰਕਾਰ ਮਿਟਾਉਣ ਵਾਸਤੇ ਪਾਤਸ਼ਾਹ ਨੇ ਬਾਣੀ ਦਿੱਤੀ, ਜਦੋਂ ਰਹਿਰਾਸ ਦਾ ਪਾਠ ਕਰੋ, ਜਪ ਤਪ ਵੀ ਕਰਨਾ, ਪੂਜਾ ਪਾਠ ਵੀ ਕਰਨੇ, ਪਰ ਕਰਕੇ ਸਿੱਖ ਨੇ ਕਹਿਣਾ ਪਤਾ ਕੀ ਹੈ, ਹੱਥ ਜੋੜ ਕੇ ਕਹਿਣਾ ਜਪ ਤਪ ਸੰਜਮ ਧਰਮ ਨਾ ਕਮਾਇਆ। ਦੇਖੋ ਜਮਾ ਤਾਂ ਹੋਣਾ ਜੇ ਅੰਦਰੋਂ ਕਮਾਉਂਦਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ 48ਵਾਂ ਸਰਵਹਿੰਦ ਸਲਾਨਾ ਗੁਰਮਤਿ ਸਮਾਗਮ, ਜੋ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਸਮੁੱਚੇ ਭਾਰਤ ਵਿੱਚੋਂ, ਦੂਜੀਆਂ ਸਟੇਟਾਂ ਵਿੱਚੋਂ ਵੀ, ਪੰਜਾਬ ਵਿੱਚੋਂ ਵੀ, ਅੱਜ ਇਸ ਪਾਵਨ ਅਸਥਾਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ, ਜੋ ਦਾਣਾ ਮੰਡੀ ਗਿੱਦੜਵਾਹ ਵਿੱਚ ਸਮਾਗਮ ਹੋ ਰਹੇ ਹਨ, ਇੱਕ ਤੇ ਸਾਰੀਆਂ ਸੰਗਤਾਂ ਨੂੰ ਸਲਾਨਾ ਗੁਰਮਤਿ ਸਮਾਗਮਾਂ ਦੀਆਂ ਲੱਖ ਲੱਖ ਵਧਾਈਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਸਾਰੀਆਂ ਹੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸੇਵਾਦਾਰਾਂ ਦੇ ਸੀਸ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਸੇਵਾ ਕਰਨ, ਬਾਣੀ ਪੜ੍ਹਨ ਦੇ ਔਰ ਪ੍ਰਚਾਰ ਕਰਨ ਦੇ ਬਲ ਬਖਸ਼ਿਸ਼ ਕਰਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਤੇ ਮਨ ਵਿਸਰਾਮ, ਸਾਰੀ ਸ੍ਰਿਸ਼ਟੀ ਉੱਤੇ ਪਾਤਸ਼ਾਹ ਖੰਡ ਵਰਤਾਉਣ, ਦੁਆਰਾ ਫਿਰ ਸਾਰੀਆਂ ਸੰਗਤਾਂ ਨੂੰ ਔਰ ਸੇਵਾ ਸੁਸਾਇਟੀਆਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ, ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ, ਬਲ ਬਲ